ਅਲਬਾਟਾ ਦੇ ਪ੍ਰੀਮੀਅਰ ਆਪਣੇ ਦੋ ਮੰਤਰੀਆਂ ਨੂੰ ਉਹਨਾਂ ਦੇ BC ਪ੍ਰਿੰਸ ਜੋਰਜ ਦੇ ਵਿੱਚ RCMP ਅਫਸਰਾਂ ਤੋਂ ਬਾਅਦ ਕਾਊਂਟਰਪਾਰਟਸ ਨੇ ਵੀਰਵਾਰ ਨੂੰ ਦਾਅਵਾ ਕੀਤਾ ਹੈ ਕਿ ਇੱਕ ਤਾਜ਼ਾ ਡਰੱਗ ਬੱਸ ਦੇ ਵਿੱਚ ਸੁਰੱਖਿਅਤ ਸਪਲਾਈ ਵਾਲੀਆਂ ਦਵਾਈਆਂ ਸ਼ਾਮਿਲ ਨੇ ਪ੍ਰਿੰਸ ਜੋਰਜ RCMP ਨੇ ਕਿਹਾ ਹੈ ਕਿ ਇੱਕ ਮਹੀਨੇ ਦੀ ਲੰਮੀ ਜਾਂਚ ਤੋਂ ਬਾਅਦ ਉਹਨਾਂ ਨੇ 10000 ਤੋਂ ਵੱਧ ਗੋਲੀਆਂ ਜ਼ਬਤ ਕੀਤੀਆਂ ਨੇ ਜਿਨ੍ਹਾਂ ਵਿੱਚ ਨੁਸਖੇ ਤੇ ਗੈਰ ਨੁਸਖੇ ਵਾਲੀਆਂ ਦਵਾਈਆਂ ਸ਼ਾਮਿਲ ਨੇ ਯਾਨੀ ਕਿ ਕੁਝ ਦੇ ਵਿੱਚ ਤਾਂ ਜਿਹੜੀਆਂ ਪ੍ਰਸਕ੍ਰਿਪਸ਼ਨਾਂ ਸ਼ਾਮਿਲ ਸੀਗੀਆਂ ਤੇ ਕੁਝ ਵਿੱਚ ਨਹੀਂ ਸੀ ਉਸ ਸ਼ਹਿਰ ਦੇ ਮਾਉਂਟੇਜ਼ ਨੇ ਦਾਵਾ ਕੀਤਾ ਕਿ ਮੋਰਫਿਨ ਤੇ ਹਾਈਡਰੋਮੋਰਫਿਨ ਜਿਸ ਨੂੰ ਡੀਲੋਜਡ ਵੀ ਕਿਹਾ ਜਾਂਦਾ ਹੈ ਸੁਰੱਖਿਅਤ ਸਪਲਾਈ ਕਰਨ ਵਾਲੀਆਂ ਦਵਾਈਆਂ ਨੇ ਕਾਰਪੋਰੇਸ਼ਨ ਜੈਨੀਫਰ ਕੋਪਰ ਨੇ ਕਿਹਾ ਹੈ ਕਿ ਅਸੀਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਜਾਂਚ ਦੌਰਾਨ ਨਿਰਧਾਰਤ ਦਵਾਈਆਂ ਦੀ ਮਾਤਰਾ ਵਿੱਚ ਪਿਛਲੇ ਸਾਲ ਇੱਕ ਚਿੰਤਾਜਨਕ ਰੁਝਾਨ ਦੇਖਿਆ ਉਨਾਏ ਵੀ ਕਿਹਾ ਕਿ ਵਧੇਰੇ ਤਾਕਤਵਰ ਨਜਾਇਜ਼ ਸਟ੍ਰੀਟ ਡਰੱਗਸ ਖਰੀਦਣ ਲਈ ਮੁਦਰਾ ਦੇ ਰੂਪ ਦੇ ਵਿੱਚ ਵਰਤਿਆ ਜਾ ਰਿਹਾ ਹੈ ਸੰਗਠਿਤ ਅਪਰਾਧ ਸਮੂਹ ਸੁਰੱਖਿਤ ਸਪਲਾਈ ਦੇ ਨੁਸਖੇ ਵਾਲੀਆਂ ਦਵਾਈਆਂ ਦੀ ਮੋੜ ਵੰਡ ਵਿੱਚ ਸਰਗਰਮੀ ਨਾਲ ਸ਼ਾਮਿਲ ਨੇ ਜਿਨ੍ਹਾਂ ਵਿੱਚੋਂ ਕੁਝ ਨੂੰ ਬੀਸੀ ਤੋਂ ਬਾਹਰ ਭੇਜਿਆ ਜਾਂਦਾ ਹੈ ਤੇ ਦੁਬਾਰਾ ਵੇਚਿਆ ਜਾਂਦਾ ਹੈ ਨੁਸਖੇ ਵਾਲੀਆਂ ਦਵਾਈਆਂ ਦੀ ਮੋੜ ਵਿਕਰੀ ਸੰਗਠਿਤ ਅਪਰਾਧ ਦੁਆਰਾ ਪ੍ਰਾਪਤ ਕੀਤੇ ਮੁਨਾਫਿਆਂ ਨੂੰ ਮਹੱਤਵਪੂਰਨ ਤੌਰ ਤੇ ਵਧਾਉਂਦੀ ਹੈ ਮਾਉਂਟਿਸ ਨੇ ਕਿਹਾ ਕਿ ਉਹਨਾਂ ਨੇ ਕਿਵੇਂ ਪੁਸ਼ਟੀ ਕੀਤੀ ਕਿ ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥ ਬੀਸੀ ਸੁਰੱਖਿਅਤ ਸਪਲਾਈ ਪ੍ਰੋਗਰਾਮ ਅnder ਸੀ ਸ਼ੁੱਕਰਵਾਰ ਨੂੰ ਅਲਬਰਟਾ ਪ੍ਰੀਮੀਅਰ ਡੈਨੀਅਲ ਸਮਿਥ ਨੇ ਕਿਹਾ ਕਿ ਉਹਨਾਂ ਦਾ ਸੂਬੇ ਸਾਲਾਂ ਤੋਂ ਚੇਤਾਵਨੀ ਉਹਨਾਂ ਦਾ ਸੂਬਾ ਦੇ ਰਿਹਾ ਹੈ ਕਿ ਸੁਰੱਖਿਅਤ ਸਪਲਾਈ ਪ੍ਰੋਗਰਾਮਾਂ ਤੋਂ ਅਪਿਅਰਡਸ ਦੇ ਮੋੜ ਨੂੰ ਕੈਨੇਡਾ ਭਾਰ ਦੇ ਵਿੱਚ ਤਸਕਰੀ ਜਿਹੜਾ ਉਹ ਕੀਤਾ ਜਾ ਸਕਦਾ ਹੈ ਸੰਭਾਵੀ ਤੌਰ ਤੇ ਦੇਸ਼ ਪਰਦੇ ਭਾਈਚਾਰਿਆਂ ਦੇ ਵਿੱਚ ਨਾ ਪੂਰਾ ਹੋਣ ਵਾਲਾ ਨੁਕਸਾਨ ਤੇ ਮੌਤ ਦਾ ਕਾਰਨ ਬਣ ਰਿਹਾ ਹੈ ਅਲਬਰਟਾ ਵਿੱਚ ਅਸੀਂ ਇਸ ਨੂੰ ਵਾਪਰਨ ਤੋਂ ਰੋਕਣ ਦੇ ਲਈ ਸੁਰੱਖਿਅਤ ਸਪਲਾਈ ਦੀ ਵਿਵਸਥਾ ਨੋ ਗੈਰਕਾਨੂੰਨੀ ਬਣਾ ਦਿੱਤਾ ਹੈ ਬਦਕਿਸਮਤੀ ਨਾਲ ਇਹ ਸੰਗਠਿਤ ਅਪਰਾਧੀਆਂ ਨੂੰ ਦੂਜੇ ਸੂਬਿਆਂ ਤੋਂ ਗੈਰਕਾਨੂੰਨੀ ਤੌਰ ਤੇ ਇੱਥੇ ਲਿਆਉਣ ਤੋਂ ਨਹੀਂ ਰੋਕਦਾ ਡਾਇਵਰਸ਼ਨ ਦੀ ਗੰਭੀਰ ਚਿੰਤਾ ਦੇ ਸਪਸ਼ਟ ਹੋਣ ਤੇ ਅਸਲੀਅਤ ਦੇ ਨਾਲ ਕੀ ਇਹ ਦਵਾਈਆਂ ਅਲਬਰਟਾ ਦੇ ਵਿੱਚ ਮੋੜ ਵਿਕਰੀ ਲਈ ਖਤਮ ਹੋ ਸਕਦੀਆਂ ਨੇ ਫਰਵਰੀ ਦੌਰਾਨ ਕੈਨੇਡੀਅਨ ਅਰਥਚਾਰੇ ਵਿੱਚ 41000 ਰੋਜ਼ਗਾਰ ਦੇ ਮੌਕੇ ਪੈਦਾ ਹੋਏ ਪਰ ਨੌਕਰੀਆਂ ਦੇ ਵਿੱਚ ਵਾਧਾ ਮੁਲਕ ਵਿੱਚ ਵਾਧਦੀ ਆਬਾਦੀ ਦੀ ਰਫ਼ਤਾਰ ਤੋਂ ਪਿੱਛੇ ਰਿਹਾ। ਸਟੈਟਿਸਟਿਕਸ ਕੈਨੇਡਾ ਦੇ ਲੇਬਰ ਸਰਵੇ ਅਨੁਸਾਰ ਬੇਰੋਜ਼ਗਾਰੀ ਦਰ ਦੇ ਵਿੱਚ ਵਾਧਾ ਜਿਹੜਾ ਉਹ 5.8% ਦਰਜ ਹੋਇਆ। ਬਹੁਤੀਆਂ ਨਵੀਆਂ ਨੌਕਰੀਆਂ ਸਰਵਿਸ ਉਤਪਾਦਨ ਸੈਕਟਰ ਦੇ ਵਿੱਚ ਸ਼ਾਮਿਲ ਹੋਈਆਂ ਤੇ ਇਹਨਾਂ 'ਚੋਂ ਸਭ ਤੋਂ ਵੱਧ ਰੋਜ਼ਗਾਰ ਵਾਧਾ ਫੂਡ ਸਰਵਿਸੇਸ ਅਤੇ ਅਕੋਮੋਡੇਸ਼ਨ ਸੈਕਟਰ ਦੇ ਵਿੱਚ ਹੋਇਆ। ਉੱਚੀਆਂ ਵਿਆਜ ਦਰਾਂ ਅਰਥਵਿਵਸਥਾ ਤੇ ਦਬਾਅ ਪਾ ਰਹੀਆਂ ਨੇ ਕਿਉਂਕਿ ਲੋਕ ਖਰਚਿਆਂ ਨੂੰ ਸੀ ਕਾਰੋਬਾਰਾਂ ਦੇ ਲਈ ਵਿਕਰੀ ਦੇ ਵਿੱਚ ਕਮੀ ਆ ਰਹੀ ਹੈ ਪਰ ਮਜ਼ਬੂਤ ਆਬਾਦੀ ਵਾਦਾ ਇਸ ਦੇ ਕੁਝ ਪ੍ਰਭਾਵਾਂ ਨੂੰ ਪਾਸੇ ਜ਼ਰੂਰ ਕਰ ਰਿਹਾ ਹੈ ਉੱਚਵਾਦੀ ਵਾਅਦੇ ਨੇ ਆਰਥਿਕਤਾ ਦੇ ਵਿੱਚ ਵਧੇਰੇ ਖਪਤਕਾਰਾਂ ਤੇ ਕਾਮਿਆਂ ਨੂੰ ਸ਼ਾਮਿਲ ਕੀਤਾ ਜਿਸ ਨਾਲ ਮੁਲਕ ਵਿੱਚ ਨੌਕਰੀਆਂ ਦਾ ਵਾਅਦਾ ਹੋਇਆ ਪਰ ਰੋਜ਼ਗਾਰ ਦੇ ਹੋਰ ਉਪਾਅ ਜਿਹੜੇ ਨੇ ਲੇਬਰ ਮਾਰਕੀਟ ਦੀ ਕਮਜ਼ੋਰ ਤਸਵੀਰ ਪੇਸ਼ ਕਰਦੇ ਨੇ ਸਟੈਟਿਸਟਿਕਸ ਕੈਨੇਡਾ ਨੇ ਹਾਲ ਹੀ ਦੇ ਵਿੱਚ ਆਪਣੀਆਂ ਰਿਪੋਰਟਾਂ ਵਿੱਚ ਰੋਜ਼ਗਾਰ ਦਰ ਦੇ ਵਧੇਰੇ ਜ਼ੋਰ ਦਿੱਤਾ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਨੌਕਰੀਆਂ ਦਾ ਵਾਅਦਾ ਆਬਾਦੀ ਦੇ ਵਾਅਦੇ ਦੇ ਮੇਲਤਾ ਹੈ ਸ਼ੁੱਕਰਵਾਰ ਦੀ ਰਿਪੋਰਟ ਦਰਸਾਉਂਦੀ ਹੈ ਕਿ ਰੋਜ਼ਗਾਰ ਦਰ ਜੋ ਕਿ ਨੌਕਰੀਆਂ ਕਰਨ ਵਾਲੇ 15 ਸਾਲ ਤੇ ਇਸ ਤੋਂ ਵੱਧ ਉਮਰ ਦੇ ਕੈਨੇਡੀਅਨਸ ਦੇ ਅਨੁਪਾਤ ਦਰਸਾਉਂਦੀ ਹੈ ਫਰਵਰੀ ਵਿੱਚ ਲਗਾਤਾਰ 5ਵੇਂ ਮਹੀਨੇ ਘਟੀ ਹੈ April 2009 ਦੇ ਵਿੱਚ ਖਤਮ ਹੋਈ 6 ਮਹੀਨਿਆਂ ਦੀ ਮਿਆਦ ਤੋਂ ਬਾਅਦ ਇਹ ਰੋਜ਼ਗਾਰ ਦਰ ਦੇ ਵਿੱਚ ਲਗਾਤਾਰ ਗਿਰਾਵਟ ਦੀ ਸਭ ਤੋਂ ਲੰਮੀ ਮਿਆਦ ਹੈ ਇਸ ਤੋਂ ਇਲਾਵਾ ਕੈਨੇਡਾ ਵਿੱਚ ਵੇਜ ਜਿਹੜਾ ਹੈ ਉਹ ਵਾਧਿਆਂ ਦੇ ਵਿੱਚ ਤੇਜ਼ੀ ਆਈ ਹੈ ਉਸ ਪ੍ਰਤੀ ਘੰਟਾ ਵੇਜ 1 ਸਾਲ ਪਹਿਲਾਂ ਨਾਲੋਂ 5% ਵੱਧ ਦਰਜ ਹੋਈ ਹਾਲਾਂਕਿ ਇਹ ਜਨਵਰੀ ਵਿੱਚ 5.3% ਦੀ ਦਰ ਤੋਂ ਹੇਠਾਂ ਰਹੀ बीसी ਸਰਕਾਰ ਦੀਆਂ ਉਪਲਬਧੀਆਂ ਦੇ ਸਬੰਧੀ ਐਮਐਲਏ ਜਗਰੂਪ ਬਰਾੜ ਹੋਰਾ ਦੇ ਨਾਲ ਗੱਲਬਾਤ ਹੋਈ ਉਹਨਾਂ ਸਰਕਾਰ ਦੀਆਂ ਉਪਲਬਧੀਆਂ गिनਵਾਉਂਦੇ ਹੋਏ ਕਿਹਾ ਕਿ ਅਸੀਂ ਅੱਗੇ ਵੀ ਬੀਸੀ ਦੇ ਲੋਕਾਂ ਦੇ ਲਈ ਕੰਮ ਕਰਨਾ ਜਾਰੀ ਰੱਖਾਂਗੇ ਇਸ ਸਮੇਂ ਕੈਨੇਡਾ ਪਰ ਦੇ ਵਿੱਚ ਜਿਹੜੀ ਅਨਪਲੋਇਮੈਂਟ ਹੈ ਬੇਰੋਜ਼ਗਾਰੀ ਉਹ ਵੱਧ ਰਹੀ ਹੈ ਅੱਜ ਵੀ ਸਟਾਟ ਦੇ ਜਿਹੜੇ ਨੰਬਰ ਆਏ ਨੇ ਉਹ 5.8% ਤੇ ਜਿਹੜੀ ਉਹ ਆਈ ਹੈਗੀ ਨੈਸ਼ਨਲ ਅਨਪਲੋਇਮੈਂਟ ਬ੍ਰਿਟਿਸ਼ ਕੋਲੰਬੀਆ ਦੀ ਕੀ ਸਥਿਤੀ ਹੈ ਮਿਸਟਰ ਜਗਰੂਪ ਬਰਾੜ ਸਾਡੇ ਨਾਲ ਨੇ ਉਹਨਾਂ ਤੋਂ ਜਾਣਦੇ ਮਿਸਟਰ ਬਹੁਤ ਸਵਾਗਤ ਹੈ ਵੈਲਕਮ ਟੂ ਚੈਨਲ ਪੰਜਾਬੀ ਤੇ ਕੀ ਸਥਿਤੀ ਹੈ ਜੀ ਜੌਬ ਮਾਰਕੀਟ ਦੀ BC ਦੇ ਵਿੱਚ ਤੁਹਾਡਾ ਬਹੁਤ ਸ਼ੁਕਰੀਆ ਜੀ ਪਹਿਲੀ ਗੱਲ ਤਾਂ ਇੱਥੇ ਆਉਣ ਵਾਸਤੇ ਤੇ ਮੈਂ ਸਭ ਤੋਂ ਪਹਿਲਾਂ ਤਾਂ ਜਿਹੜੇ ਚੈਨਲ ਪੰਜਾਬੀ ਦੇ ਸਾਰੇ ਤੁਹਾਡੇ ਦਰਸ਼ਕ ਨੇ ਉਹਨਾਂ ਨੂੰ ਸੱਚੀ ਕਰ ਬੁਲਾਉਣਾ ਤੇ ਮਿਹਰਬਾਨੀ ਕਰਦਾ ਕਿ ਤੁਸੀਂ ਮੈਨੂੰ ਮੌਕਾ ਦਿੱਤਾ ਜਿਹੜਾ ਇੱਥੇ ਆ ਕੇ ਇਹ ਬੜਾ ਮਹੱਤਵਪੂਰਨ ਵਿਸ਼ਾ ਤੇ ਬਾਰੇ ਗੱਲਬਾਤ ਕਰਨ ਵਾਸਤੇ ਆ ਜਿਹੜਾ ਸਟੈਟ ਕੈਨੇਡਾ ਦੇ ਵੱਲੋਂ ਹਰ ਜਿਹੜਾ ਮਹੀਨੇ ਜਿਹੜੀ ਇੱਕ ਰਿਪੋਰਟ ਪੇਸ਼ ਕੀਤੀ ਜਾਂਦੀ ਹੈ ਕਿ ਸਾਡੇ ਜਿਹੜੀ ਮੁਲਕ ਦੀ ਸਾਡੇ ਸੂਬੇ ਦੀ ਜਿਹੜੀ ਇਕਨੋਮੀ ਆਰਥਿਕਤਾ ਕਿੰਸੀ ਹੈ ਕਿੱਥੇ ਖੜੀ ਹੈ ਕਿੰਨੀਆਂ ਕਿੱਜਾਂ ਪੈਦਾ ਹੋਈਆਂ ਕਿੰਨੀਆਂ ਕਿੱਜਾਂ ਗਈਆਂ ਨੇ ਔਰ ਉਹਦੇ 'ਚ ਮੈਂ ਗੱਲੇ ਕਹਿਣੀ ਚਾਹੁੰਦਾ ਕਿ ਅਸੀਂ ਇਸ ਵੇਲੇ ਜਿਹੜਾ BC ਦੇ ਲੋਕ ਨੇ ਜਾਂ ਮੁਲਕ ਭਰ ਦੇ ਲੋਕ ਨੇ ਇੱਕ ਔਖੇ ਸਮੇਂ ਚੋਂ ਗੁਜ਼ਰ ਰਹੇ ਹਾਂ inflation ਕਰਕੇ high interest rate ਕਰਕੇ کئی global event ਚੱਲ ਰਹੇ ਆ ਬਾਹਰ ਚੱਲ ਰਹੇ ਉਹਨਾਂ ਕਰਕੇ ਜਿਹੜੀ ਸਾਡੀ ਆਰਥਿਕਤਾ ਪਰ ਪ੍ਰਭਾਵਿਤ ਹੋਈ ਹੈ ਸਾਡੀ ਜਿਹੜੀ ਸਪਲਾਈ ਚੇਨ ਪ੍ਰਭਾਵਿਤ ਹੋਈ ਹੈ ਪਰ ਬੀਸੀ ਸਰਕਾਰ ਨੇ ਇੱਕ ਵਿਸ਼ੇਸ਼ ਪਲਾਨ ਬਣਾਈ ਜਿਹਨੂੰ ਅਸੀਂ ਕਹਿੰਦੇ ਆ ਸਟਰੋਂਗਰ ਬੀਸੀ ਇਕਨੋਮਿਕ ਪਲਾਨ ਬਣਾ ਕੇ ਇੱਕ ਜਿਹੜੀ ਸਾਡੀ ਇਕਨੋਮੀ ਨੂੰ ਮਜ਼ਬੂਤ ਕੀਤਾ ਤੇ ਉਹਨੂੰ ਰੈਜ਼ੀਲੀਅੰਟ ਕੀਤਾ ਕਿ ਉਹ ਔਖੇ ਸਮੇਂ ਦੇ ਵਿੱਚੋਂ ਸਾਰੇ ਲੋਕਾਂ ਦੇ ਨਾਲ ਮਿਲ ਕੇ ਲੰਘ ਜਾਵੇ ਜੋ ਅੱਜ ਜਿਹੜੇ ਸਵੈਰੇ ਨੰਬਰ ਆਏ ਨੇ ਉਹਦੇ ਮੁਤਾਬਕ ਬੀਸੀ ਦੇ ਵਿੱਚ ਜਿਹੜੀਆਂ ਲਗਭਗ ਜਿਹੜੀਆਂ 5900 ਜਿਹੜੀਆਂ 5900 ਨਵੀਆਂ ਜੱਬਾਂ ਪੈਦਾ ਹੋਈਆਂ ਜਿਹੜੀ ਇੱਕ ਚੰਗੀ ਗੱਲ ਹੈ ਔਰ ਬੀਸੀ ਦੇ ਵਿੱਚ ਜਿਹੜਾ ਅਨਪਲਾਈਮੈਂਟ ਰੇਟ ਤੁਸੀਂ ਕਿਹਾ ਉਹ ਅੱਗੇ ਨਾਲੋਂ ਘਟ ਗਿਆ ਬੀਸੀ ਦੇ ਵਿੱਚ ਜੀ ਉਹ 5.2% ਦਾ ਕਿ ਜਿਹੜਾ ਸਾਡੇ ਨੈਸ਼ਨਲ ਐਵਰੇਜ ਜਿਹੜਾ ਤੁਸੀਂ ਕਿਹਾ 5% 5.8% ਹੈ ਉਹਦੇ ਨਾਲੋਂ ਘਟ ਹੈ ਔਰ ਕੁੱਲ ਮਿਲਾ ਕੇ ਜੇ ਆਪਾਂ ਦੇਖੀਏ ਕਿ ਬੀਸੀ ਦੇ ਵਿੱਚ ਜੇ ਪਿਛਲੇ ਫਰਵਰੀ ਤੋਂ ਲੈ ਕੇ ਹੁਣ ਦੀ ਫਰਵਰੀ ਤੱਕ ਉਹ ਜਿਹੜੀਆਂ ਹੈਗੀਆਂ ਮੇਰੇ ਖਿਆਲ 56000 ਜੌਬ ਜਿਹੜੀ ਹੈਗੀ ਉਹ ਪੈਦਾ ਹੋਈ ਹੈ ਔਰ ਉਹਦੇ ਚ ਕਾਫੀ ਵੈਦਿਕ ਤੇ ਡੀਪਾਈਵਟ ਸੈਕਟਰ ਦੀਆਂ ਜੌਬ ਵੀ ਹੈਗੀਆਂ ਤੇ ਬੀਸੀ ਸ਼ੂਬੇ ਦੀ ਜਿਹੜੀ ਆਰਥਿਕਤਾ ਹੈਗੀ ਹੈ ਉਹਦੇ ਚ ਮੈਂ ਇਹ ਵੀ ਗੱਲ ਕਹਿਣਾ ਚਾਹੁੰਦਾ ਕਿ ਇਹ ਅੱਜ ਵਿਮਨਸਡੇ ਹੈਗਾ ਐਪੀ ਵਿਮਨਸਡੇ ਔਰ ਔਰਤਾਂ ਵਾਸਤੇ ਵੀ ਇਸ ਮਹੀਨੇ ਵਿੱਚ 3800 ਚੋਂ ਜ਼ਿਆਦਾ ਨਵੀਆਂ ਪੈਦਾ ਹੋਈਆਂ ਬੀਸੀ ਦੇ ਵਿੱਚ ਮੈਨਸੇ ਜਿਹੜੀ ਆਪਾਂ ਗੱਲਬਾਤ ਕਰਦੇ ਆ ਕਿ ਜਦੋਂ ਦੀ ਐਨਡੀਪੀ ਦੀ ਸਰਕਾਰ ਆਈ ਹੈ ਤਾਂ ਮਿਨਿਮਮ ਵੇਜ ਲਗਾਤਾਰ ਵਧਾਈ ਜਾ ਰਹੀ ਹੈ ਤੇ ਸਰਕਾਰ ਕੋਸ਼ਿਸ਼ ਕਰ ਰਹੀ ਹੈ ਕਿ ਇਹਨੂੰ ਇਨਫਲੇਸ਼ਨ ਦੇ ਨਾਲ ਪੱਕੇ ਤੌਰ ਤੇ ਜੋੜ ਦਿੱਤਾ ਜਾਵੇ ਤਾਂ ਜਿਹੜਾ ਗਵਰਨਮੈਂਟ ਦਾ ਬਿਜ਼ਨਸ ਦੇ ਨਾਲ ਨਾਲ ਲੇਬਰ ਦੇ ਜਿਹੜੇ ਹਿੱਤ ਉਹ ਧਿਆਨ ਰੱਖਣਾ ਉਹ ਕਿੰਨਾ ਕੁ ਕੰਟਰੀਬਿਊਸ਼ਨ ਇਹਦੇ 'ਚ ਕਰ ਰਿਹਾ ਕਿ ਲੋਕ ਵੀ ਇਸ ਨੂੰ ਪਸੰਦ ਵੀ ਕਰ ਰਹੇ ਆ ਤੇ ਬਿਜ਼ਨੈਸਸ ਦੇ ਲਈ ਕੀ ਕੀ ਤੁਸੀਂ ਛੋਟਾਂ ਜਿਹੜੀਆਂ ਦੇ ਰਹੇ ਹੋ ਕਿ ਨਵੀਆਂ ਜੌਬਸ ਜਿਹੜੀਆਂ ਬੀਸੀ 'ਚ ਵੱਧ ਪੈਦਾ ਹੋ ਰਹੀਆਂ ਆ ਬਹੁਤ ਅਸ਼ਾ ਸੋੜਾ ਸਵਾਲ ਹੈ ਜੀ ਸਭ ਤੋਂ ਪਹਿਲੀ ਗੱਲ ਤੇ ਹੈਗੀ ਕਿ ਜਿਹੜੇ ਵੀ ਲੋ ਉਹਨਾਂ ਨੂੰ ਵੀ ਆਪਣੀ ਇੱਕ ਇੱਜ਼ਤ ਨਾਲ ਜ਼ਿੰਦਗੀ ਜਿਉਣ ਦਾ ਹੱਕ ਹੈ। ਔਰ ਮਿਨਿਮਮ ਵੇਜ ਜੇ ਅੱਜ ਵੀ ਆਪਾਂ ਦੇਖੀਏ ਕੋਈ ਇੰਨੀ ਵੱਡੀ ਨਹੀਂ ਹੈ ਪਰ ਜਦੋਂ ਅਸੀਂ ਪਾਵਰ ਦੇ ਵਿੱਚ ਆਏ ਉਦੋਂ ਮਿਨਿਮਮ ਵੇਜ ਬੀਸੀ ਦੇ ਵਿੱਚ ਸਭ ਤੋਂ ਲੋਇਸਟ ਸੀਗੀ ਮੁਲਕ ਦੇ ਵਿੱਚ। ਜੀ ਅਸੀਂ ਕਿਉਂਕਿ ਵਰਕਰ ਨੂੰ ਸਪੋਰਟ ਕਰਦੇ ਆਂ ਮੀਡਲ ਕਲਾਸ ਨੂੰ ਸਪੋਰਟ ਕਰਦੇ ਆਂ ਇਸ ਕਰਕੇ ਮਿਨਿਮਮ ਵੇਜ ਅਸੀਂ ਬੜੇ ਢੰਗ ਦੇ ਨਾਲ ਸਮਾਲ ਬਿਜ਼ਨਸ ਦੇ ਨਾਲ ਗੱਲਬਾਤ ਕਰਕੇ ਜਿਹੜੀਆਂ ਆਰਗੇਨਾਈਜੇਸ਼ਨ ਨੇ ਚੈਂਬਰ ਆਫ ਕਾਮਰਸ ਨੇ ਉਹਨਾਂ ਨਾਲ ਗੱਲਬਾਤ ਕਰਕੇ ਇਸ ਤਰੀਕੇ ਦੇ ਨਾਲ ਅਸੀਂ ਹੌਲੀ 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 ਉੱਪਰ ਕੀਤੀ ਹੈ ਤਾਂ ਕਿ ਉਹਨਾਂ ਦੇ ਉੱਤੇ ਵੀ ਬੋਝ ਨਾ ਪਵੇ ਹੁਣ ਸਾਡੀ ਜਿਹੜੀ ਮਿਨਿਮਮ ਵੇਜ ਇਸ ਵੇਲੇ ਹੈਗੀ ਆ ਉਹ ਮੁਲਕ ਭਰ ਦੇ ਵਿੱਚ ਸਭ ਤੋਂ ਜ਼ਿਆਦਾ ਹੈ ਇਸ ਵੇਲੇ ਔਰ ਉਹਨੂੰ ਅਸੀਂ ਹਮੇਸ਼ਾ ਹੀ ਇਸ ਤਰੀਕੇ ਨਾਲ ਕੀਤਾ ਕਿ ਜਿਹੜਾ ਬਿਜ਼ਨਸ ਦੇ ਉੱਤੇ ਉਹਦਾ ਕੋਈ ਸਾਡਾ ਨੂੰ ਇੰਪੈਕਟ ਵੱਡਾ ਨਾ ਹੋਵੇ ਜਦੋਂ ਅਸੀਂ ਮਿਨਿਮਮ ਵੇਜ ਵਧਾਉਨੇ ਆ ਉਹਦੇ ਵਿੱਚ ਜਿਹੜੇ ਬਹੁਤੇ 99% ਲੋਕ ਨੇਗੇ ਉਹ ਬੀਸੀ ਦੇ ਵਿੱਚ ਹੀ ਰਹਿਣ ਵਾਲੇ ਲੋਕ ਨੇਗੇ ਬੀਸੀ ਦੇ ਵਿੱਚ ਹੀ ਉਹ ਆਪਣੇ ਪੈਸੇ ਖਰਚ ਕਰਦੇ ਆ ਔਰ ਸਮਾਲ ਬਿਜ਼ਨਸ ਨੂੰ ਐਕਚੁਅਲੀ ਮਜ਼ਬੂਤ ਕਰਦੇ ਆ ਇੱਕ ਉਹਨਾਂ ਦੀ ਸਾਰੀ ਜਿਹੜੀ ਐਕਸਪੈਂਸ ਆ ਉਹ ਬੀਸੀ ਦੇ ਵਿੱਚ ਹੁੰਦੀ ਹੈ ਜਿੱਥੋਂ ਤੱਕ ਸਮਾਲ ਬਿਜ਼ਨਸ ਦੀ ਗੱਲ ਹੈ ਉਹ ਅਸੀਂ ਜਿਹੜਾ ਹੁਣ ਕਾਨੂੰਨ ਪੇਚ ਕੀਤਾ ਉਹਦੇ ਵਿੱਚ ਇਹ ਹੈਗਾ ਤਾਂ ਕਿ ਜਿਹੜਾ ਹੈਗਾ ਉਹਨੂੰ ਤੁਸੀਂ ਮਹਿੰਗਾਈ ਦੇ ਨਾਲ ਜਦੋਂ ਬੰਦਦੇ ਆ ਉਹਦੇ ਨਾਲ ਪ੍ਰੈਡਿਕਟੇਬਿਲਟੀ ਕਲੀਅਰ ਹੋ ਜਾਂਦੀ ਹੈ ਕਿਉਂਕਿ ਸਮਾਲ ਬਿਜ਼ਨਸ ਨੂੰ ਪਤਾ ਉਹਸ ਹਿਸਾਬ ਦੀ ਤਿਆਰੀ ਕਰਕੇ ਰੱਖਦਾ ਉਹ ਨਾ ਕਿ ਸਰਕਾਰ ਰਾਤੇ ਰਾਤ ਬਿਆਨ ਕਰ ਦੇ ਵੀ ਮਿਨੀਮਮ ਵੇਜ ਅਜ ਇੰਨੀ ਇੰਨੀ ਹੋਊਗੀ ਤਾਂ ਕਿ ਉਹਨਾਂ ਨੂੰ ਸਰਟਨਟੀ ਹੋਵੇ ਕਿਉਂਕਿ ਮਿਨੀਮਮ ਵੇਜ ਇਹਦੇ ਮੁਤਾਬਕ ਹੋਣੀ ਹੈ ਉਸ ਤਰੀਕੇ ਨਾਲ ਆਪਣੀ ਤਿਆਰੀ ਕਰ ਸਕਣ ਇਸ ਕਰਕੇ ਸਮਾਲ ਬਿਜ਼ਨਸ ਦਾ ਸੀ ਬੜਾ ਖਿਆਲ ਰੱਖਦੇ ਆ ਉਹਦੇ ਵਿੱਚ ਜਿਹੜਾ ਤੁਹਾਨੂੰ ਪਤਾ ਹੋਣਾ ਜਦੋਂ ਕੋਵਿਡ ਹੋਇਆ ਕੋਵਿਡ ਹੋਇਆ ਉਸ ਵੇਲੇ ਸਭ ਤੋਂ ਵੱਡੀ ਜਿਹੜੀ ਸਪੋਰਟ ਮਦਦ ਕੀਤੀ ਗਈ ਸਮਾਲ ਬਿਜ਼ਨਸ ਨੂੰ ਬੀਸੀ ਦੇ ਵਿੱਚ ਕੀਤੀ ਗਈ ਹੈ ਇਸ ਬਜਟ ਦੇ ਵਿੱਚ ਵੀ ਜਿਹੜੀ ਸ਼ਾਇਦ ਤੁਹਾਨੂੰ ਪਤਾ ਹੋਣਾ ਕਿ ਇਸ ਬਜਟ ਦੇ ਵਿੱਚ ਅਸੀਂ ਜਿਹੜੀ ੈਂਪਲਾਇਰ ਹੈਸ ਟੈਕ ਸੀਗਾ ਜੀ ਉਹ ਪਹਿਲਾਂ ਹਾਫ ਮਿਲੀਅਨ ਜਿਹੜਾ ਜਿਹਦਾ ਪੇਰੋਲ ਹੁੰਦਾ ਸੀ ਉਹ ਉੱਥੋਂ ਤੱਕ ਨਹੀਂ ਦੇਣਾ ਪੈਂਦਾ ਉਹ ਤੋਂ ਬਾਅਦ ਦੇਣਾ ਪੈਂਦਾ ਸੀ ਜੀ ਹੁਣ ਉਹ ਹਾਫ ਮਿਲੀਅਨ ਤੋਂ ਵਧਾ ਕੇ 1 ਮਿਲੀਅਨ ਕਰ ਦਿੱਤਾ ਗਿਆ ਹੈ 1 ਮਿਲੀਅਨ ਤੱਕ ਜੇ ਤੁਹਾਡਾ ਪੇਰੋਲ ਹੈ ਤੁਹਾਨੂੰ EMPLOYEER HEALTH TAX ਨਹੀਂ ਦੇਣਾ ਪੈਂਦਾ ਉਹਦੇ ਨਾਲ 90% ਜਿਹੜੇ BC ਦੇ ਬਿਜ਼ਨਸ ਨੇ ਸਮਾਲ ਬਿਜ਼ਨਸ ਆ ਉਹਨਾਂ ਨੂੰ ਜ਼ੀਰੋ ਟੈਕਸ ਦੇਣਾ ਪੈਣਾ ਹੈ ਇਹ ਐਸਪੈਕਟ ਦੇ ਵਿੱਚ ਅਸੀਂ ਕੀਤਾ ਅਸੀਂ ਸਮਾਲ ਬਿਜ਼ਨਸ ਨੂੰ ਮੇਥੇ ਹੀ ਉਹਦਾ ਖਿਆਲ ਰੱਖ ਰਹੇ ਹਾਂ ਤੇ ਵੈਂਡਲਿਜ਼ਮ ਦੀ ਜਦੋਂ ਗੱਲਬਾਤ ਕਰਦੇ ਹਾਂ ਤਾਂ ਉਹਦੇ ਲਈ ਜਿਹੜੀ ਗ੍ਰਾਂਟ ਹੈ ਉਹਦੀਆਂ ਐਪਲੀਕੇਸ਼ਨਸ ਕਿਸ ਢੰਗ ਦੇ ਨਾਲ ਪ੍ਰੋਸੈਸ ਹੋਣਗੀਆਂ ਤੇ ਕਿੰਨੇ ਕੁ ਪੈਸੇ ਅਜਿਹੇ ਮਾਮਲਿਆਂ ਦੇ ਵਿੱਚ ਸਰਕਾਰ ਜਿਹੜੀ ਉਹ BCT ਦੇ ਰਹੀ ਹੈ ਇਸ ਸਮੇਂ ਅ ਇਹ ਜਿਹੜਾ ਸਮਾਲ ਬਿਜ਼ਨਸ ਵਾਸਤੇ ਅਸੀਂ ਨਵੀਂ ਜਿਹੜਾ ਗ੍ਰਾਂਟ ਪ੍ਰੋਗਰਾਮ ਐਲਾਨ ਕੀਤਾ ਹੈ ਜੇ ਕਿਸੇ ਦੀ ਪੰਨ ਤੋੜ ਹੋਈ ਹੈ ਬਾਹਰੋਂ ਆ ਕੇ ਲੋਕ ਕਰ ਗਏ ਐ ਤਾਂ ਉਹਦੇ ਵਾਸਤੇ ਇੱਕ ਪ੍ਰੋਗਰਾਮ ਲਾਂਚ ਕੀਤਾ ਗਿਆ ਕੋ ਆਪਣੀ ਬਰਮਤ ਵਾਸਤੇ ਜਿਹੜੇ 1000 ਡਾਲਰ ਕਰਾ ਸਕ 2000 ਡਾਲਰ ਨੂੰ ਮਿਲਣਾ ਹੈ 1000 ਡਾਲਰ ਉਹ ਗਾਹ ਵਾਸਤੇ ਰੋਕਣ ਵਾਸਤੇ ਕੋਈ ਬੈਰੀਅਰ ਲਾਉਣੇ ਆ ਕੋਈ ਸਤਿਕੇ ਦਾ 락 ਲਾਉਣੇ ਜਾਂ ਕੁਝ ਕਰਨਾ ਉਹ ਵੀ ਦਿੱਤਾ ਜਾਂਦਾ ਉਹਦੇ ਵਾਸਤੇ ਜਿਹੜਾ ਹੈਗਾ ਅਸੀਂ ਗੱਲਬਾਤ ਕੀਤੀ ਹੈ ਜਿਹੜਾ BC ਚੈਂਬਰ ਆਫ ਕਾਮਰਸ ਨਾਲ ਜਾਂ ਜਿਹੜੀਆਂ ਹੋਰ ਅ ਜਥੇਬੰਦੀਆਂ ਨੇ ਜਿਹੜੀਆਂ ਬਿਜ਼ਨਸ ਹੁੰਦੀਆਂ ਉਹਨਾਂ ਦੇ ਨਾਲ ਤੋਂ ਬਿਜ਼ਨਸ ਦੀ ਗੱਲਬਾਤ ਸੁਣਨ ਤੋਂ ਬਾਅਦ ਅਸੀਂ ਜਿਹੜਾ ਉਸ ਪ੍ਰੋਗਰਾਮ ਦੇ ਵਿੱਚ ਕੋਈ ਤਬਦੀਲੀਆਂ ਕੀਤੀਆਂ ਉਹਨਾਂ ਦੀ ਗੱਲਬਾਤ ਸੁਣਨ ਤੋਂ ਬਾਅਦ ਉਹ ਤਬਦੀਲੀਆਂ ਕਰਕੇ ਕੁੱਲ ਮਿਲਾ ਕੇ ਮੈਂ ਇਹ ਕਹਿ ਸਕਦਾ ਕਿ ਅਸੀਂ ਉਹਨੂੰ ਐਪਲੀਕੇਸ਼ਨ ਪ੍ਰੋਸੈਸ ਨੂੰ ਸੌਖਾ ਕੀਤਾ ਤਾਂ ਕਿ ਜ਼ਿਆਦਾ ਬਿਜ਼ਨਸ ਜਿਹੜੇ ਖੇਤਰ-ਖੇਤਰ ਇਹ ਅਪਲਾਈ ਕਰ ਸਕਣ ਤਾਂ ਉਹਨੂੰ ਐਕਸੈਸ ਕਰ ਸਕਣ ਇੱਕ ਉਹਦੀ ਜਿਹੜੀ ਡੈਡਲਾਈਨ ਸੀਗੀ ਉਹ ਇਸ ਸਾਲ ਸੀਗੀ ਉਹ ਡੈਡਲਾਈਨ ਖਤਮ ਕਰ ਦਿੱਤੀ ਗਈ ਹੈ ਹੁਣ ਉਹ 25 ਤੱਕ ਜਦੋਂ ਤੱਕ ਪੈਸੇ ਨਹੀਂ ਮੁੱਕਦੇ ਜੀ ਉਦੋਂ ਤੱਕ ਲੋਕ ਆਪਣੀ ਐਪਲੀਕੇਸ਼ਨ ਉਹ ਦੇ ਸਕਦੇ ਆ ਉਹ ਇਸ ਕਰਕੇ ਉਹਦੀ ਡੈਡਲਾਈਨ ਕੋਈ ਨਹੀਂ ਹੈ ਪੈਸੇ ਆਪਣੇ ਦੇ ਸਕਦੇ ਆ ਉਹਦੀ ਐਪਲੀਕੇਸ਼ਨ ਖੁੱਲੀ ਹੈ ਇਸ ਵੇਲੇ ਉਹ ਸੌਖੀ ਕਰ ਦਿੱਤੀ ਗਈ ਉਹਦੇ ਜੋ ਕਾफी ਕੰਡੀਸ਼ਨ ਰਿਮੂਵ ਕਰ ਦਿੱਤੀ ਗਈਆਂ ਉਹ ਸਾਰਾ ਕੁਝ ਵੈਬਸਾਈਟ ਦੇ ਉੱਤੇ ਅਵੇਲੇਬਲ ਹੈਗਾ ਬਾਦ ਸਾਹਿਬ ਆਖਰੀ ਸਵਾਲ ਤੁਸੀਂ ਬਿਜ਼ਨੈਸਸ ਦੇ ਲਈ ਕਾफी ਕੁਝ ਦੱਸਿਆ ਕਿ ਸਰਕਾਰ ਕਰ ਰਹੀ ਹੈ ਪਰ ਤੁਹਾਡੇ ਜਿਹੜੇ ਆਪੋਨੈਂਟ ਨੇ ਉਹ ਕਹਿੰਦੇ ਕਿ BC NDP ਜਦੋਂ ਅਸੀਂ ਗੱਲਬਾਤ ਕਰਦੇ ਆ ਤਾਂ NDP ਬਿਜ਼ਨਸਮੈਨਾਂ ਦੀ ਪਾਰਟੀ ਨਹੀਂ ਹੈਗੀ ਇਹ ਵਿਚਾਰ ਸਮੇਂ ਨਾਲ ਦੇ ਹਿੱਤਾਂ ਦਾ ਖਿਆਲ ਜਿਹੜਾ ਉਹ ਨਹੀਂ ਰੱਖਦੀ ਇਸ ਕਮੈਂਟ ਤੇ ਤੁਸੀਂ ਕੀ ਕਹੋਗੇ ਬੀਸੀ ਲੈਵਲ ਦੇ ਕੋਲੇ ਜਿਹੜਾ ਸਵਾਏ ਇਕਨੋਮੀ ਦੀ ਗੱਲਬਾਤ ਕਰਨ ਤੋਂ ਇਲਾਵਾ ਮਿਲਦਾ ਹੋਰ ਕੁਝ ਨਹੀਂਗਾ ਲੇਕਿਨ ਅ ਅਫਸੋਸ ਇਹ ਹੈ ਕਿ ਉਹ ਕਹਿੰਦੇ ਜਦੋਂ ਐਨਡੀਪੀ ਸਰਕਾਰ ਪਾਵਰ ਦੇ ਵਿੱਚ ਆ ਗਈ ਲੋਕ ਇਥੋਂ ਨਾਲ ਵੱਡਾ ਭੱਜ ਜਾਣਗੇ ਲੋਕ ਇਥੋਂ ਬਾਹਰ ਸੁਬੇ ਭੱਜ ਜਾਣਗੇ ਸਭ ਤੋਂ ਵੱਡੇ ਮਾਈਗ੍ਰੇਸ਼ਨ ਜੇ ਹੋਈ ਹੈ ਜਦੋਂ ਦੇਸੀ ਪਾਵਰ ਤੋਂ ਇੱਥੇ ਆਏ ਹਾਂ ਜੀ ਸਭ ਤੋਂ ਬੈਸਟ ਇਕਨੋਮੀ ਅੱਜ ਜੀ ਸਭ ਤੋਂ ਬੈਸਟ ਇਕਨੋਮੀ ਸੂਬੇ ਦੇ ਵਿੱਚ ਐਨਡੀਪੀ ਸਰਕਾਰਾਂ ਵੀ ਹੈਗੀਆਂ ਦੋ ਬਾਕੀ ਉੱਥੇ ਸੂਬੇ ਦੇ ਵਿੱਚ ਜਿਹੜੀਆਂ ਰਾਈਟ ਵਿੰਗ ਮਿਡਲ ਸਰਕਾਰਾਂ ਵੀ ਹੈਗੀਆਂ ਪਰ ਸਭ ਤੋਂ ਬੈਸਟ ਇਕਨੋਮੀ ਜੇ ਅੱਜ ਹੈਗੀ ਇਸ ਮੁਲਕ ਭਰ ਦੇ ਵਿੱਚ ਪਿਛਲੇ 7 ਸਾਲ ਤੋਂ ਜਉਂਦੇ ਸੀ ਸਰਕਾਰ ਬਣਿਆ ਤਾਂ ਉਹ ਐਨਡੀਪੀ ਦੀ ਹੈਗੀ ਹੈ ਮੈਂ ਤੁਹਾਨੂੰ ਦੱਸਦਾ ਕਿਉਂ ਜਿਹੜੀ ਜੀਡੀਪੀ ਗਰੋਥ ਇੱਕ ਸਭ ਤੋਂ ਵੱਡਾ ਪਮਾਨਾ ਹੈਗਾ ਕਿਸੇ ਵੀ ਸੂਬੇ ਦਾ ਉਹਦੀ ਜਿਹੜੀ ਗਰੋਥ ਕਿੱਥੇ ਖੜੀ ਹੈ ਇਕਨੋਮੀ ਦਾ ਸਾਡੇ ਹਾਈएस्ट ਜੀਡੀਪੀ ਗਰੋਥ ਹੈ 2017 ਤੋਂ ਲੈ ਕੇ ਕੋਈ 13% ਤੋਂ ਉੱਪਰ ਜੀ ਹਾਂਜੀ ਐਸ ਕੰਪੇਅਰ ਟੂ ਬਾਕੀ ਦੇ 8 ਸੂਬੇ ਹਨ ਅਨਪਲੋਇਮੈਂਟ ਰੇਟ ਜਿਹੜਾ ਦੂਜਾ ਇੱਕ ਪਮਾਨਾ ਹੁੰਦਾ ਹੈ ਜਿਹੜਾ ਉਹ ਸਾਡਾ ਤੁਹਾਨੂੰ ਦੱਸਿਆ ਵੀ ਵਨ ਆਫ ਦਿ ਲੋਇਸਟ ਹੈਗਾ ਜਿਹੜਾ ਹੈਗਾ ਤਿੰਨ ਸੂਬੇ ਨੇ ਜਿਹੜੇ ਜਿਨ੍ਹਾਂ ਦੇ ਵਿੱਚ ਵੱਡੇ ਸੂਬੇ ਕੋਈ ਆਉਂਦਾ ਸਾਡਾ ਇੰਟੀਰੀਅਰ ਨਾਲੋਂ ਕੋਈ ਬੈਕ ਨਾਲੋਂ ਜ਼ਿਆਦਾ ਜੀ ਜਿਹੜਾ ਘਟਾ ਹੈ ਉਹ ਤੁਹਾਡਾ ਪਮਾਨਾ ਹੈ ਮਿਨੀਮਮ ਵੇਜ ਆਉਂਦੀ ਹੈ ਕਿ ਲੋਕਾਂ ਨੂੰ ਤਨਖਾਹ ਕਿੰਨੀ ਕਿ ਦਿੱਤੀ ਜਾਂਦੀ ਹੈ ਸਭ ਤੋਂ ਹਾਈ ਪੇ ਅਸੀਂ ਦੇ ਰਹੇ ਹਾਂ ਵੋਕਾਨੋ ਉਦੋਂ ਬਾਅਦ ਜਿਹੜੀ ਜੌਬ ਗ੍ਰੋਥ ਦੀ ਗੱਲ ਆਉਂਦੀ ਹੈ ਜਿਹੜੀ ਜੌਬ ਗ੍ਰੋਥ ਸਾਡੀ ਸੈਕੰਡ ਹਾਈਸਟ ਇਨ ਦੀ ਕੰਟਰੀ ਹੈ ਸਭ ਤੋਂ ਜ਼ਿਆਦਾ ਜਿਹੜੀ ਉਹ ਗ੍ਰੋਥ ਹੈਗੀ ਹੈ ਇਸ ਤਰੀਕੇ ਨਾਲ ਹੋਰ ਅੰਕੜੇ ਵੀ ਵੜੇ ਨੇਗੇ ਔਰਤਾਂ ਦੇ ਜੌਬ ਪੈਦਾ ਕਰਨ ਦੀ ਗੱਲਬਾਤ ਹੋਈ ਹੈ ਜਦੋਂ ਦੇ 2017 ਨੂੰ ਟੇਕਓਵਰ ਕੀਤਾ ਸੀ 1 ਲੱਖ ਤੇ 10000 ਜੌਬਾਂ ਸਿਰਫ ਔਰਤਾਂ ਵਾਸਤੇ ਪੈਦਾ ਹੋਈਆਂ ਇਹਦਾ ਮਤਲਬ ਹੈ ਸਾਡਾ ਚਾਈਲਡ ਕੇਅਰ ਪ੍ਰੋਗਰਾਮ ਉਹ ਕੰਮ ਕਰ ਰਿਹਾ ਸੋ ਹਰ ਪਮਾਨੇ ਦੇ ਉੱਤੇ ਜਿਹੜੀ ਹੈਗੀ ਹੈ ਅ ਬੀਸੀ ਦੀ ਸਰਕਾਰ ਜਿਹੜੀ ਇਕਨੋਮੀ ਦੀ ਹੈ ਸਾਡੀ ਇਕਨੋਮੀ ਬੜੀ ਸਟਰੋਂਗ ਤੇ ਜਿਹੜੀ ਰੈਲੀਅੰਟ ਇਕਨੋਮੀ ਹੈਗੀ ਹੈ ਇਸੇ ਕਰਕੇ ਅਸੀਂ ਕੋਵਿਡ ਦੇ ਵਿੱਚ ਬੜੀ ਵੱਡੀ ਜਿਹੜੀ ਲੋਕਾਂ ਨੂੰ ਰਾਹਤ ਦੇਣ ਦੇ ਵਿੱਚ ਕਾਮਯਾਬ ਹੋਏ ਹਾਂ ਔਰ ਹੁਣ ਤੱਕ ਜਿਹੜੀ ਸਭ ਤੋਂ ਵੱਡੀ ਜੋਬ ਕਰੀਏਸ਼ਨ ਇੱਥੇ ਹੋ ਰਹੀ ਹੈ ਇਨਵੈਸਟਮੈਂਟ ਇੱਥੇ ਹੋ ਰਹੀ ਹੈ ਉਹਦੇ ਕਰਕੇ ਜਿਹੜੀ ਹੋ ਰਹੀ ਹੈ ਔਰ ਇਹ ਇਸ ਦੇ ਬਾਵਜੂਦ ਕਿ ਅਸੀਂ ਸਭ ਤੋਂ ਵੱਡੀ ਇਨਵੈਸਟਮੈਂਟ ਹੈਲਥ케ਅਰ ਤੇ ਐਜੂਕੇਸ਼ਨ ਤੇ ਬਾਕੀ ਪ੍ਰੋਗਰਾਮ ਦੇ ਵਿੱਚ ਕੀਤੀ ਬਹੁਤ ਬਹੁਤ ਧੰਨਵਾਦ ਬਾਟਸਾ ਬਹੁਤ ਮਿਹਰਬਾਨੀ ਤੁਹਾਡੀ ਥੈਂਕ ਯੂ ਤੁਹਾਡਾ ਇੱਥੇ ਹਣਵਾਤ ਤੇ ਸ਼ੁਕਰੀਆ ਸੋਸ਼ਲ ਮਿਨਿਸਟਰ ਜੀ ਗਰੁੱਪ ਬਰਾਡ ਜਿਨ੍ਹਾਂ ਨੇ ਸਪੱਸ਼ਟ ਰੂਪ ਦੇ ਵਿੱਚ ਕਿਹਾ ਕਿ BC NDP ਦੀ ਸਰਕਾਰ ਜਿੱਥੇ ਸਮਾਲ ਬਿਜ਼ਨੈਸਸ ਦੇ ਲਈ ਕੰਮ ਕਰ ਰਹੀ ਹੈ ਉੱਥੇ ਆਮ ਜਿਹੜੇ ਵਰਕਿੰਗ ਕਲਾਸ ਬ੍ਰਿਟਿਸ਼ ਕੋਲੰਬੀਆਨ ਨੇ ਉਹਨਾਂ ਦੇ ਲਈ ਵੀ ਕੰਮ ਕਾਜ ਲਗਾਤਾਰ ਕੀਤਾ ਜਾ ਰਿਹਾ ਕੈਮਰਾਮੈਨ ਅਮਿਤ ਪਨੇਸਰ ਦਿਨਾਲ ਅਰਸ਼ਦੀਪ ਸਿੰਘ ਚੈਨਲ ਨਿਆਪੀ ਇੱਕ ਨਿਊ ਵੈਸਟਮਿੰਸਟਰ ਨਰਸ ਪਿਛਲੇ ਅਗਸਤ ਦੇ ਵਿੱਚ ਰਾਇਲ ਕਲੰਬੀਅਨ ਹਸਪਤਾਲ ਦੇ ਐਮਰਜੈਂਸੀ ਰੂਮ ਦੇ ਵਿੱਚ ਉਸ ਦੀ ਦੇਖਭਾਲ ਦੇਣ ਕਮਜ਼ੋਰ ਵਿਅਕਤੀਆਂ ਤੇ ਹਮਲਾ ਕਰਨ ਦੇ ਲਈ ਮੁਤਲੀ ਦਾ ਸਾਹਮਣਾ ਕਰ ਰਹੀ ਹੈ ਪਿਛਲੇ ਹਫਤੇ ਇੱਕ ਨੋਟਿਸ ਦੇ ਵਿੱਚ BC ਕਾਲਜ ਆਫ ਨਰਸਾਂ ਦੇ ਮੈਡਵਾਈਸ ਨੇ ਕਿਹਾ ਹੈ ਕਿ ਐਰੋਲ ਲਸ਼ਮਨ ਇੱਕ ਰਜਿਸਟਰਡ ਨਰਸ ਨੇ ਮਰੀਜ਼ ਤੇ ਐਕਟੀਵੇਟਿਡ ਚਾਰਕੋਲ ਸੁੱਟਿਆ ਤੇ ਬੰਦ ਮੁਠੀ ਨਾਲ ਉਹਨਾਂ ਦੇ ਚਿਹਰੇ ਤੇ ਹਮਲਾ ਕੀਤਾ ਐਕਟੀਵੇਟਿਡ ਚਾਰਕੋਲ ਦੀ ਵਰਤੋਂ ਆਮ ਤੌਰ ਤੇ ਇਮਰਜੈਂਸੀ ਕਮਰਿਆਂ ਦੇ ਵਿੱਚ ਓਵਰਡੋਸ ਜਾਂ ਜ਼ਹਿਰ ਦੇ ਇਲਾਜ ਲਈ ਕੀਤੀ ਜਾਂਦੀ ਹੈ ਹਾਲਾਂਕਿ ਉਹਨਾਂ ਦੀ ਜਿਹੜੀ ਇੰਸਟੀਚਿਊਟ ਇੰਸਟੀਟਿਊਸ਼ਨ ਹੈ ਉਹਨਾਂ ਦਾ ਇਹ ਕਹਿਣਾ ਹੈ ਕਿ ਮਰੀਜ਼ ਨੇ ਪਹਿਲਾਂ ਲਸ਼ਮਨ ਦੇ ਉੱਤੇ ਹਮਲਾ ਕੀਤਾ ਹੈ ਬੀ ਸੀ ਸੀ ਐਨ ਐਮ ਦੇ ਲਸ਼ਮਨ ਵਿਚਕਾਰ ਉਸ ਦੀ ਰਜਿਸਟ੍ਰੇਸ਼ਨ ਨੂੰ 1 ਮਹੀਨੇ ਲਈ ਮੁਅਤਲ ਕਰਨ ਦੇ ਲਈ ਇੱਕ ਸਹਿਮਤੀ ਸਮਝੌਤਾ ਕੀਤਾ ਗਿਆ ਹੈ ਬੀ ਸੀ ਸੀ ਐਨ ਐਮ ਦੇ ਅਨੁਸਾਰ ਲਸ਼ਮਨ ਨੂੰ ਗੁੱਸਾ ਪ੍ਰਬੰਧਨ ਤੇ ਨੈਤਿਕਤਾ ਦੇ ਵਿੱਚ ਵਿਆਪਕ ਉਪਚਾਰਕ ਕੋਰਸਾਂ ਨੂੰ ਜਿਹੜਾ ਉਹ ਧਿਆਨ ਰੱਖ ਕੇ ਕਰਨਾ ਚਾਹੀਦਾ ਹੈ ਮਾਉਂਟਿਸ ਦਾ ਕਹਿਣਾ ਹੈ ਕਿ ਸਰੀ ਦੇ ਨਿਵਾਸੀਆਂ ਨੇ 2023 ਦੇ ਵਿੱਚ ਕ੍ਰਿਪਟੋ ਕਰੰਸੀ ਧੋਖਾਧੜੀ ਦੇ ਵਿੱਚ ਡਾਲਰ 12 ਮਿਲੀਅਨ ਤੋਂ ਵੱਧ ਦਾ ਨੁਕਸਾਨ ਕੀਤਾ ਹੈ ਸਰੀ RCMP ਨੇ ਵੀਰਵਾਰ ਨੂੰ ਕਿਹਾ ਹੈ ਕਿ ਉਹਨਾਂ ਨੂੰ ਸ਼ਹਿਰ ਦੇ ਵਸਨੀਕਾਂ ਤੋਂ ਕ੍ਰਿਪਟੋ ਕਰੰਸੀ ਦੇ ਨਾਲ ਜੁੜੇ ਧੋਖਾਧੜੀ ਦੀਆਂ 229 ਰਿਪੋਰਟਾਂ ਹਾਸਲ ਹੋਈਆਂ ਨੇ RCMP ਮੈਂਬਰ ਸਰਬਜੀਤ ਸੰਗਾ ਨੇ ਕਿਹਾ ਹੈ ਕਿ ਜ਼ਿਆਦਾਤਰ ਧੋਖਾਧੜੀ ਨਿਵੇਸ਼ ਘੁਟਾਲਿਆਂ ਨਾਲ ਸੰਬੰਧਤ ਹਨ ਪੁਲਿਸ ਦਾ ਕਹਿਣਾ ਹੈ ਕਿ ਪੀੜਤਾਂ ਨੂੰ ਸੋਸ਼ਲ ਮੀਡੀਆ ਫੋਨ ਕਾਲਾਂ ਆਨਲਾਈਨ ਇਸ਼ਤਿਹਾਰਾਂ ਤੇ ਆਨਲਾਈਨ ਡੇਟਿੰਗ ਪਲੇਟਫਾਰਮਾਂ ਰਾਹੀਂ ਕ੍ਰਿਪਟੋ ਕਰੰਸੀ ਨਾਲ ਸਬੰਧਤ ਨਿਵੇਸ਼ਾਂ ਲਈ ਪੇਸ਼ ਕੀਤਾ ਗਿਆ ਸੀ ਅਮਾਉਂਟਸ ਨੇ ਕਿਹਾ ਕਿ ਨਕਲੀ ਵਪਾਰ ਤੇ ਮੁਨਾਫੇ ਨਾਲ ਧੋਖਾ ਧੜੀ ਵਾਲੀਆਂ ਵੈੱਬਸਾਈਟਾਂ ਤੇ ਮੋਬਾਈਲ ਐਪਲੀਕੇਸ਼ਨਾਂ ਦੀ ਵਰਤੋਂ ਕਰਦੇ ਹੋਏ ਪੀੜਤਾਂ ਨੂੰ ਨਿਵੇਸ਼ ਪਲੇਟਫਾਰਮ ਤੇ ਪੈਸਾ ਲਗਾਉਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ ਜਦੋਂ ਪੀੜਤਾਂ ਨੇ ਆਪਣਾ ਪੈਸਾ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਘੁਟਾਲੇਬਾਜ਼ ਟੈਕਸਾਂ ਤੇ ਫੀਸਾਂ ਦੇ ਲਈ ਹੋਰ ਮੰਗ ਕਰਨਗੇ ਆਖਿਰਕਾਰ ਘੁਟਾਲਾ ਕਰਨ ਵਾਲੇ ਪੀੜਤ ਦੇ ਨਾਲ ਸੰਚਾਰ ਕਰਨਾ ਵੀ ਬੰਦ ਕਰ ਦਿੰਦਾ ਹੈ ਤੇ ਪੀੜਤ ਨੂੰ ਅਹਿਸਾਸ ਹੁੰਦਾ ਹੈ ਕਿ ਉਸ ਨੇ ਉਹ ਸਾਰੇ ਪੈਸੇ ਦੀ ਧੋਖਾਧੜੀ ਕੀਤੀ ਹੈ ਜੋ ਉਹ ਮੰਨਦੇ ਸਨ ਕਿ ਨਿਵੇਸ਼ ਕਰ ਰਹੇ ਨੇ ਜਨਵਰੀ ਤੇ ਫਰਵਰੀ ਦੇ ਵਿੱਚ ਸਰੀ ਆਰਸੀਐਮਪੀ ਨੂੰ ਡਾਲਰ 32 ਜਿਹੜਾ ਤੇਨ ਲੱਖ 2000 ਤੋਂ ਵੱਧ ਦੇ ਨੁਕਸਾਨ ਦੇ ਨਾਲ ਕ੍ਰਿਪਟੋ ਕਰੰਸੀ ਨਾਲ ਸੰਬੰਧਿਤ ਪੰਜਾਬ ਤੋਂ ਖਾਤੜੀ ਦੀਆਂ ਰਿਪੋਰਟਾਂ ਹਾਸਲ ਹੋਈਆਂ ਨੇ ਸਰੀ ਆਰਸੀਐਮਪੀ ਦਾ ਕਹਿਣਾ ਹੈ ਕਿ ਇਸ ਨੇ ਨੌਕਰੀ ਘੁਟਾਲੇ ਜਿਹੜੇ ਨੇ ਉਹਨਾਂ ਵਿੱਚ ਦਾਦਾ-ਦਾਦੀ ਦੇ ਘੁਟਾਲੇ, ਕਿਰਾਏ ਦੇ ਘੁਟਾਲੇ, ਬੈਂਕ ਕੋ ਘੁਟਾਲੇ, ਸੈਲ ਫੋਨ ਘੁਟਾਲੇ ਤੇ ਜਾਲੀ ਬੈਂਕ ਡਰਾਫਟ ਦੇ ਵਿੱਚ ਵਿਵਾਦ ਦੇਖਿਆ ਕੁਮਾਂਤਰੀ ਮਹਿਲਾ ਦਿਵਸ ਨੂੰ ਮਨਾਉਣ ਦੇ ਲਈ ਲਗਭਗ 200 ਲੋਕਾਂ ਨੇ ਸਿਟੀ ਹਾਲ ਤੋਂ ਲੈ ਕੇ ਵਿਧਾਨ ਸਭਾ ਦੇ ਲੋਨ ਤੱਕ ਡਾਊਨ ਟਾਊਨ ਫਰੈਡਿਕਟਨ ਦੀਆਂ ਗਲੀਆਂ ਦੇ ਵਿੱਚ ਮਾਰਚ ਕੀਤਾ ਪ੍ਰਬੰਧਕਾਂ ਦੇ ਵਿੱਚੋਂ ਇੱਕ ਨੇ ਕਿਹਾ ਹੈ ਕਿ ਇਸ ਸਾਲ ਦਾ ਵਿਸ਼ਾ ਵਿਰੋਧ ਦਾ ਹੈ ਕਿਉਂਕਿ ਮਾਰਚਾਂ ਨੇ ਸੁਬਾਈ ਸਰਕਾਰ ਤੋਂ ਠੋਸ ਕਾਰਵਾਈਆਂ ਦੀ ਮੰਗ ਕੀਤੀ ਸੀ ਉਹਨਾਂ ਕਿਹਾ ਹੈ ਕਿ ਸਾਰੀਆਂ ਔਰਤਾਂ ਤੇ ਜੈਂਡਰ ਮਾਈਨੋਰਿਟੀਆਂ ਦੇ ਲਈ ਬਿਹਤਰ ਕੰਮ ਕਰਨ ਦੀਆਂ ਸਥਿਤੀਆਂ ਦੇ ਨਾਲ ਨਾਲ ਸਾਰਿਆਂ ਲਈ ਜਿਹੜੇ ਰੀਪ੍ਰੋਡਕਟਿਵ ਅਧਿਕਾਰਾਂ ਦੀ ਮੰਗ ਵੀ ਕੀਤੀ ਨਿਊ ਬ੍ਰਾਂਸਵਿਕ ਜਿਹੜੇ ਨੇ ਇਸ ਸਾਲ ਇੱਕ ਸੁਬਾਈ ਚੋਣਾਂ ਦੇ ਵਿੱਚ ਹਿੱਸਾ ਲੈਣਗੇ ਔਰ ਇਹ ਤੱਥ ਹੈ ਕਿ ਕਾਮਨ ਫਰੰਟ ਫਾਰ ਸੋਸ਼ਲ ਜਸਟਿਸ ਦੇ ਸੁਬਾਈ ਕੋਆਰਡੀਨੇਟਰ ਜਿਹੜੇ ਜਨਲ ਲੈਂਬਲੈਕ ਦਾ ਕਹੇ ਕਿ ਇਸ ਸਾਲ ਦੇ ਮਾਰਚ ਨੂੰ ਵੱਧੋ ਵਿਸ਼ੇਸ਼ ਗੂੰਜ ਮਿਲਦੀ ਹੈ ਉਹਨਾਂ ਕਹਿੰਦੇ ਕਿ ਬਹੁਤ ਸਾਰਾ ਕੰਮ ਅਜੇ ਕਰਨ ਵਾਲਾ ਹੈ ਉਹਨਾਂ ਕਹਿੰਦੇ ਕਿ ਚੋਣਾ ਦੇ ਸਾਲ ਜਿਹੜਾ ਇਹਨਾਂ ਮੁੱਦਿਆਂ ਨੂੰ ਅੱਗੇ ਰੱਖਣਾ ਵੀ ਉਹ ਚਾਹੁੰਦੇ ਨੇ ਮਾਰਚ ਕਰਨ ਵਾਲੇ ਬਰਾਬਰ ਤਨਖਾਹ ਦੇ ਕਾਨੂੰਨ ਤੇ ਇੱਕ ਲਿਵਿੰਗ ਵੇਜਸ ਸਿਕ ਡੇਜ਼ ਕਾਨੂੰਨ ਤੇ ਰੀਪ੍ਰੋਡਕਟਿਵ ਦੇਖਭਾਲ ਦੀ ਮੰਗ ਕਰ ਰਹੇ ਨੇ ਇਕ ਕਮਾਂਤਰੀ ਵਿਦਿਆਰਥੀ ਨੇ ਕਿਹਾ ਹੈ ਕਿ ਉਹ ਸੂਬੇ ਵਿੱਚ ਆਉਣ ਵਾਲੇ ਲੋਕ ਸਫਲ ਹੋਣ ਦੇ ਯੋਗ ਹੋਣ ਨੂੰ ਯਕੀਨੀ ਬਣਾਉਣ ਲਈ ਕਾਰਵਾਈਆਂ ਦੀ ਲੋੜ ਨੂੰ ਸਭ ਤੋਂ ਪਹਿਲਾਂ ਦੇਖਦੇ ਨੇ ਉਹਨਾਂ ਨੇ ਕਿਹਾ ਕਿ ਸਾਡੇ ਵਰਗੇ ਬਹੁਤ ਸਾਰੇ ਕਮਾਂਤਰੀ ਵਿਦਿਆਰਥੀਆਂ ਨੇ ਜਿਹੜੇ ਕਮਾਂਤਰੀ ਵਿਦਿਆਰਥੀ ਨੇ ਜਿਹੜੇ ਘੱਟ ਤਨਖਾਹ ਵਾਲੇ ਖੇਤਰਾਂ ਵਿੱਚ ਕੰਮ ਕਰ ਰਹੇ ਨੇ ਇਸ ਲਈ ਉਹ ਅੰਦੋਲਨ ਦਾ ਹਿੱਸਾ ਨੇ ਸੁਭਾਈ ਸਰਕਾਰ ਇਸ ਸਾਲ ਦਾ ਬਜਟ 2 ਹਫ਼ਤਿਆਂ ਤੋਂ ਵੀ ਘੱਟ ਸਮੇਂ ਦੇ ਵਿੱਚ ਪੇਸ਼ ਕਰਨ ਲਈ ਤਿਆਰ ਹੈ ਪੇ ਕਵੇਟੀ ਦੇ ਲਈ ਗੜ ਜੋੜ ਦੀ ਚਿਰਨੇ ਕਿਹਾ ਹੈ ਕਿ ਉਹਨਾਂ ਦਾ ਸਮੂਹ ਦੇਖਭਾਲ ਖੇਤਰ ਵਿੱਚ ਤਨਖਾਹਾਂ ਨੂੰ ਵਧਾਉਣ ਦੇ ਨਾਲ ਬਰਾਬਰ ਤਨਖਾਹ ਪ੍ਰਾਪਤ ਕਰਨ ਲਈ ਸਾਰਥਕ ਤਰੱਕੀ ਦੇਖਣ ਦੀ ਉਮੀਦ ਕਰ ਰਿਹਾ ਹੈ ਉਹ ਕਹਿੰਦੇ ਨੇ ਕਿ ਇਹ ਉਹ ਚੀਜ਼ ਹੈ ਜਦੋਂ ਬਜਟ ਬਾਹਰ ਆਉਂਦਾ ਹੈ ਅਸੀਂ ਅਸਲ ਵਿੱਚ ਉਹਨਾਂ ਨਿਵੇਸ਼ਾਂ ਨੂੰ ਵੇਖਣ ਜਾ ਰਹੇ ਹਾਂ ਜੋ ਸਿੱਧੇ ਤੌਰ ਤੇ ਮਜ਼ਦੂਰੀ ਦੇ ਵਿੱਚ ਵੀ ਕੀਤੇ ਜਾ ਰਹੇ ਨੇ ਲੈਮਪ ਦਾ ਕਹਿਣਾ ਕੇ ਕੰਮ ਅਜੇ ਪੂਰਾ ਨਹੀਂ ਹੋਇਆ ਹੈ ਖਾਸ ਤੌਰ ਤੇ ਮਜ਼ਦੂਰੀ ਦੇ ਵਿੱਚ ਜੋ ਮੁੱਖ ਤੌਰ ਦੇ ਉੱਤੇ ਔਰਤਾਂ ਦੁਆਰਾ ਕੀਤੇ ਜਾਂਦੇ ਨੇ ਤੇ ਜਦੋਂ ਕਿ ਕੁਮਾਂਤਰੀ ਮਹਿਲਾ ਦਿਵਸ ਅਕਸਰ ਜਿੱਤੀਆਂ ਗਈਆਂ ਚੀਜ਼ਾਂ ਦਾ ਜਸ਼ਨ ਮਨਾਉਣ ਦਾ ਦਿਨ ਹੁੰਦਾ ਹੈ ਉਹਨਾਂ ਕਿਹਾ ਸਾਡੀ ਗੱਲ ਸੁਣੋ ਇਸ ਸੈਕਟਰ ਦੇ ਵਿੱਚ ਢਾਂਚਾਗਤ ਤਬਦੀਲੀਆਂ ਜਿਹੜੀਆਂ ਨੇ ਉਹ ਕੀਤੀਆਂ ਜਾਣੀਆਂ ਨੇ ਨਿਊ ਫਾਉਂਡਲੈਂਡਰ ਅਸ਼ੋਕਰਵਾਰ ਨੂੰ ਜਲਦੀ ਅਕਸਰ ਖੁਦਾਈ ਕਰ ਰਹੇ ਨੇ ਕਿਉਂਕਿ ਦੋ ਦਿਨਾਂ ਤੋਂ ਸਰਦੀਆਂ ਦੇ ਤੂਫਾਨ ਕਾਰਨ ਸੂਬੇ ਦੇ ਕੁਝ ਹਿੱਸਿਆਂ ਦੇ ਵਿੱਚ 85 ਸੈਂਟੀਮੀਟਰ ਬਰਫ਼ ਡਿੱਗਣ ਦਾ ਖਤਰਾ ਹੈ ਨਿਊ ਫਾਉਂਡਲੈਂਡ ਤੇ ਲੈਬਰਡੋਰ ਦੇ ਵਿੱਚ ਵਾਤਾਵਰਣ ਕੈਨੇਡਾ ਦੇ ਭੂ ਵਿਗਿਆਨੀ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਸ਼ਨੀਵਾਰ ਸਵੇਰ ਤੱਕ 55 ਤੋਂ 85 ਸੈਂਟੀਮੀਟਰ ਤੱਕ ਬਰਫ਼ ਜਿਹੜੀ ਹੈ ਉਹ ਸੈਂਟ ਜੌਨ ਦੇ ਖੇਤਰ ਦੇ ਵਿੱਚ ਡਿੱਗੇਗੀ ਜਦੋਂ ਬਰਫ਼ ਦੇ ਵਿੱਚ ਕਿਨਾਰੇ ਤੋਂ ਇਹ हट ਜਾਏਗੀ ਬਰਫ਼ ਦੇ ਗੋਲੇ ਤੇ ਜੰਮਣ ਵਾਲੀ ਬਰਫ਼ ਦਾ ਮਿਸ਼ਰਣ ਰਾਜस्तानी ਸ਼ਹਿਰ ਦੇ ਦੱਖਣ ਦੇ ਵਿੱਚ एनएल ਦੇ ਦੱਖਣ ਪੂਰਬੀ ਹਿੱਸੇ ਨੂੰ ਹਿੱਟ ਕਰੇਗੀ ਸੂਬਾਈ ਤੇ ਮਿਨਿਸਪਲ ਸਰਕਾਰੀ ਦਫਤਰਾਂ ਦੇ ਨਾਲ ਨਾਲ ਸੂਬੇ ਭਰ ਵਿੱਚ ਸਕੂਲ ਬੰਦ ਨੇ ਇਥੋਂ ਤੱਕ ਕਿ ਗੈਰ ਜ਼ਰੂਰੀ ਸੇਵਾਵਾਂ ਪ੍ਰਦਾਨ ਕਰਨ ਵਾਲੇ ਕੁਝ ਸਿਹਤ ਸੰਭਾਲ ਕੇਂਦਰ ਵੀ ਬੰਦ ਹੋ ਗਏ ਨੇ ਸੈਂਟ ਜohn ਖੇਤਰ ਦੇ ਵਿੱਚ ਮੈਟ ਮੈਟ ਕ੍ਰੋਪਸ ਦੀ ਸੇਵਾ ਜਿਹੜੀ ਮੈਟਰੋ ਬੱਸ ਜਿਹੜੀ ਸੇਵਾ ਹੈ ਉਸ ਨੂੰ ਸ਼ੁੱਕਰਵਾਰ ਸਵੇਰੇ ਸੜਕ ਤੋਂ ਹਟਾ ਦਿੱਤਾ ਗਿਆ ਸੈਂਟ ਜੋਨਸ ਵਿੱਚ ਰਾਤ ਪਰ ਬਰਫ਼ ਦੇ ਗੋਲਿਆਂ ਦੇ ਨਾਲ ਰਲੀ ਮਿਲੀ ਬਰਫ਼ ਵਸਨੀਕਾ ਲਈ ਇੱਕ ਚੁਣੌਤੀਪੂਰਨ ਸਫਾਈ ਦਾ ਕੰਮ ਛੜ ਰਹੀ ਹੈ ਲਗਭਗ ਸਭ ਕੁਝ ਬੰਦ ਹੋਣ ਦੇ ਨਾਲ ਡਾਊਨਟਾਊਨ ਨਿਵਾਸੀ ਨੇ ਕਿਹਾ ਕਿ ਸ਼ੁੱਕਰਵਾਰ ਸਵੇਰੇ ਉਸ ਕੋਲ ਜਾਣ ਲਈ ਕੋਈ ਥਾਂ ਨਹੀਂ ਸੀ ਪਰ ਫਿਰ ਵੀ ਉਹ ਬਾਹਰ ਆਪਣੇ ਡਰਾਈਵਵੇ ਦੀ ਸਫਾਈ ਕਰ ਰਹੀ ਸੀ ਤੂਫਾਨ ਨੇ ਐਨ ਐਲ ਦੇ ਕਈ ਹਿੱਸਿਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਵਾਪਸ ਸਰਦੀ ਦੀ ਡੂੰਘਾਈ ਦੇ ਵਿੱਚ ਸੂਬੇ ਵਿੱਚ ਪਿਛਲੇ ਦਿਨਾਂ ਵਿੱਚ ਮਹੱਤਵਪੂਰਨ ਬਰਫ਼ ਪਿਗਲਣ ਦੇ ਨਾਲ ਮੁਕਾਬਲੇ ਹਲਕਾ ਤਾਪਮਾਨ ਵੀ ਦੇਖਿਆ ਗਿਆ ਹੈ। 에어ਪੋਰਟ ਤੇ ਵੀ ਅਜਿਹਾ ਹੀ ਕੁਝ ਮੰਜ਼ਰ ਦੇਖਿਆ ਗਿਆ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਸ਼ਨੀਵਾਰ ਸਵੇਰੇ ਜਿਹੜਾ 10 ਵਜੇ ਤੱਕ ਬਰਫ਼ਬਾਰੀ ਜਾਰੀ ਰਹੇਗੀ। ਹਾਲਾਂਕਿ ਸ਼ਨੀਵਾਰ ਪੂਰੇ ਦਿਨ 70 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਹਵਾਵਾਂ ਵੀ ਚੱਲਣਗੀਆਂ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।